ਉਹ ਜੋ ਇਹਨਾਂ ਨੇ ਪ੍ਰਪੋਜ਼ ਕੀਤਾ ਮੈਨੂੰ ਉਹ ਮਨਜ਼ੂਰ ਆ, ਉਹ ਅਸੀਂ ਚਾਹੇ ਉਹ ਨੌਕਰੀ ਦੀ ਗੱਲ ਆ, ਚਾਹੇ ਉਹ ਸਿੱਖ ਦੀ ਗੱਲ ਆ, ਚਾਹੇ ਹੱਕੀ ਦੋਸ਼ੀਆਂ ਨੂੰ ਲੜ ਕੇ ਗ੍ਰਿਫਤਾਰੀ ਕਰਨ ਦੀ ਗੱਲ ਆ, ਚਾਹੇ ਉਹ ਟਰੈਕਟਰ ਟਰਾਲੀਆਂ ਦਾ ਜੋ ਨੁਕਸਾਨ ਹੋਇਆ ਉਹਨੇ ਆਪਣੇ ਅਫਸਰਾਂ ਵਾਲਿਆਂ ਨਾਲ ਗੱਲ ਕਰਨ ਤੋਂ ਬਾਅਦ ਇਸ ਜਿਹੜਾ ਸਾਡਾ ਅੰਦਰ ਫੈਸਲਾ ਪ੍ਰਪੋਜ਼ਲ ਬਣਿਆ ਸੀ ਮੈਨੂੰ ਉਹ ਮਨਜ਼ੂਰ ਆ, ਔਰ ਉਮੀਦ ਕਰਦਾ ਹਾਂ ਕਿ ਤੁਹਾਡੇ ਸਹਿਯੋਗ ਨਾਲ, ਇਹਨਾਂ ਦੇ ਸਹਿਯੋਗ ਨਾਲ ਜਿਹੜੀ ਸਮੇਂ ਦੀ ਪਾਬੰਦੀ ਅਸੀਂ ਲਗਾਈ ਆ ਉਹਦੇ ਚਾਹੇ ਅਸੀਂ ਪੂਰੀ ਕਰ ਲਵਾਂਗੇ। ਇੱਕ ਵਾਰੀ ਫਿਰ ਓਕੇ, ਮੈਂ ਸਮਝਦਾ ਆ ਕਿ ਜੋ 29 ਤਰੀਕ ਨੂੰ, ਕਿਹੜੀ ਤਰੀਕ ਸੀ, ਕੱਲ ਕੱਲ ਨੂੰ ਸ਼ਾਮ ਨੂੰ ਜੋ ਉੱਥੇ ਪੁਲਿਸ ਦੀ ਜਾਂ ਕਿਸੇ ਹਾਜ਼ਰੀ ਵਿੱਚ ਜੋ ਇੱਕ ਸੀਨ ਕ੍ਰੀਏਟ ਹੋਇਆ ਆ, ਉਹ ਮੈਂ ਬਤੌਰ ਪੁਲਿਸ ਅਫਸਰ ਫੀਲ ਕਰਦਾ ਹਾਂ ਕਿ ਮੇਰੇ ਲਈ ਉਹ ਮੈਨੂੰ ਚੰਗਾ ਨਹੀਂ ਲੱਗਿਆ। ਮੈਂ ਮਹਿਸੂਸ ਕਰਦਾ ਹਾਂ ਕਿ ਇਹੋ ਜਿਹੀਆਂ ਗੱਲਾਂ ਪੁਲਿਸ ਦੀ ਹਾਜ਼ਰੀ 'ਚ ਨਹੀਂ ਹੋਣੀਆਂ ਚਾਹੀਦੀਆਂ, ਔਰ ਪੁਲਿਸ ਦਾ ਹੀ ਜ਼ਿੰਮੇਵਾਰੀ ਬਣ ਗਈ ਆ ਕਿ ਉਹ ਲਾਅ ਐਂਡ ਅਫਸਰ ਦੀ ਡਿਊਟੀ ਕਿ ਜੇ ਕਿਸੇ ਦੀ ਇਨਕੁਆਇਰੀ ਆ ਉਹਨੂੰ ਸਜ਼ਾ ਮਿਲ ਸਕੇ, ਅਗਾਂਹ ਤੋਂ ਅਸੀਂ ਆਪਣੇ ਆਪ ਨੂੰ ਕਰੈਕਟ ਕਰ ਸਕੀਏ ਕਿ ਇਹ ਕਮੀ ਪੇਸ਼ੀ ਨਾ ਰਹੇ। ਜੈ ਹਿੰਦ। ਠੀਕ ਹੈ, ਧੰਨਵਾਦ। ਮੈਂ ਪਰਿਵਾਰ ਨੂੰ ਬੇਨਤੀ ਕਰਾਂਗਾ ਤੁਹਾਡੇ ਸਾਹਮਣੇ, ਇੱਕ ਮਿੰਟ ਗੱਲ ਸੁਣੋ, ਮੈਂ ਪਰਿਵਾਰ ਨੂੰ ਬੇਨਤੀ ਕਰਾਂਗਾ ਕਿ ਤੁਹਾਡੇ ਉੱਤੇ ਛੱਡਦਾ ਹਾਂ ਮੈਂ, ਉਹ ਵੀ ਬੱਚੇ ਦੀ ਜਿਹੜਾ ਰੂਹ ਜਾ ਚੁੱਕੀ ਹੈ ਤੇ ਜਿਹੜੀ ਉਹਦੀ ਲਾਸ਼ ਤੇ ਸਤਿਕਾਰ ਕਰਕੇ ਬਾਡੀ ਦੇ ਸਤਿਕਾਰ ਕਰਕੇ ਜੇ ਤੁਸੀਂ ਫੀਲ ਕਰਦੇ ਹੋ ਕਿ ਅਸੀਂ ਉਹਨੂੰ ਮੋਰਚਰੀ ਚ ਲੈ ਜਾਈਏ ਤਾਂ ਕਰਕੇ ਜ਼ਿਆਦਾ ਦੇਰ ਇੱਥੇ ਨਾ ਬਾਡੀ ਪਈ ਰਹੇ, ਜੇ ਤੁਹਾਨੂੰ ਠੀਕ ਲੱਗੂਗਾ ਮੈਂ DC ਸਾਹਿਬ ਨੂੰ ਰਿਕੁਐਸਟ ਕਰ ਲੂੰਗਾ।